ਲਓ ਬਈ ਜੀ ਆਇਆਂ ਨੂੰ ਕਿੱਦਾਂ ਸਾਰੇ। ਅਤੇ ਪਿਛਲਾ ਪਾਰਟ ਆਪਾਂ ਵੇਖਿਆ ਕ੍ਰੇਜ਼ੀ ਟੱਬਰ ਦਾ, ਜਿਹਦੇ ਵਿੱਚ ਇੱਕ ਸ਼ਹਿਰੀ ਫੈਮਿਲੀ ਆਉਂਦੀ ਹੈ ਜੀ, ਪਿੰਡਾਂ ਵਾਲੇ ਥੋੜ੍ਹਾ ਜਿਹਾ ਛੇਤੀ ਖਾ ਲੈਂਦੇ ਨੇ, ਟਾਈਮ ਨਾਲ ਚੱਲਾਂਗੇ, ਅਤੇ ਪਿੰਡ ਵਾਲੇ ਆਉਂਦੇ ਸਨ ਕਿ ਉਹਨਾਂ ਥੋੜ੍ਹਾ ਲੇਟ ਹੀ ਆਉਣਾ, ਲੇਟ ਹੀ ਆਉਣਾ, ਸ਼ਹਿਰੀ ਲੋਕ ਲੇਟ ਖਾਂਦੇ, ਵੇਖਦੇ ਅੱਗੇ ਕੀ ਬਣਦਾ ਹੁਣ। ਹੈ ਹਾਂਜੀ। ਓਏ ਆ ਜੈਕਟ ਮੱਝਾਂ ਦੇ ਤਬੇਲੇ 'ਚ ਰੱਖੀ ਸੀ, ਹੈ ਸਾਰੇ ਧੋ ਲਿਆ ਕਰੋ ਜਾਂ ਪ੍ਰੈਸ ਕਰਾ ਕੇ ਲਿਆ। ਹਾਂਜੀ ਚੰਗਾ ਜੀ, ਚੰਗਾ ਚੰਗਾ ਜੀ, ਚੰਗਾ ਜੀ। ਆਹੋ ਬੇਬੇ ਤੂੰ ਰਸੋਈ ਜੀ ਬੜੀ ਤਿਆਰ ਨਹੀਂ ਹੋਣਾ, ਚੱਲ ਤਿਆਰ ਹੋ ਜਾ ਕੇ। ਵੇ ਪੁੱਤ ਮੈਂ ਕਿਹੜਾ ਘੱਗਰਾ ਪਾਉਣਾ, ਮੈਂ ਤਾਂ ਇੱਕ ਮਿੰਟ 'ਚ ਤਿਆਰ ਹੋ ਜਾਊਂ। ਅੱਛਾ ਬਾਪੂ ਕਿੱਥੇ? ਬਾਪੂ ਜੀ ਤੁਸੀਂ ਲੱਤਾਂ ਢਾਈ ਜਾਂਦੇ ਹੋ, ਉਹਨਾਂ ਦੇ ਆਉਣ ਦਾ ਟਾਈਮ ਹੋਇਆ ਪਿਆ, ਤੁਹਾਨੂੰ ਜਮਾ ਚਾਹ ਨਹੀਂ ਮੇਰੇ ਵਿਆਹ ਦਾ ਯਾਰ। ਆਹ ਮੇਰੇ ਜਿੰਨਾ ਚਾਹ ਹੋਰ ਕਿਹਨੂੰ ਹੋਊਗਾ ਤੇਰੇ ਵਿਆਹ ਦਾ। ਮੈਂ ਜਿਹੜਾ ਸਰੀਰ ਖੋਲ ਰਿਹਾ ਆਪਣਾ, ਆ ਜਿਹੜਾ ਤੂੰ ਨਵਾਂ ਡੈਡੀ ਜੀ ਬਣਾਇਆ ਨਾ, ਇਹਨੂੰ ਮੈਂ ਜੱਫਾ ਪਾ ਕੇ ਵੇਖਣਾ ਕਿੱਡੀ ਕੁ ਜਾਨ ਇਹਦੇ ਚ। ਮਾਮਾ ਮਾਮਾ ਮੈਂ ਇਸ ਨਾਲ ਜਾਣਾ, ਜਾ ਕੇ ਆਪ ਨਾਲ ਜਾ। ਇਹ ਜੇ ਨਹਾ ਲਿਆ ਤੇ ਮੱਝ ਨਹਾ ਲਈ ਕੋਈ ਗੱਲ ਹੈ? ਓਏ ਜੀ ਮੇਰੇ ਤੇ ਮੱਝ ਵਿੱਚ ਕੋਈ ਫਰਕ ਨਹੀਂ, ਐਵੇਂ ਪੰਗੇ ਨਾ ਲਿਆ ਕਰੋ ਮੇਰੇ ਨਾਲ। ਹਾਂ ਦੱਸਤਾ ਮੈਂ ਤੁਹਾਨੂੰ। ਇਹ ਕੌਣ ਹੈ? ਓ ਤੇਰਾ ਨਵਾਂ ਡੈਡੀ। ਸਤਿ ਸ਼੍ਰੀ ਅਕਾਲ। ਨਮਸਤੇ ਮੇਰੇ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਨਮਸਤੇ ਸਰਦਾਰ ਜੀ। ਬੇਟਾ ਤੂੰ ਬਿਠਾ, ਮੈਂ ਹੁਣੇ ਆਇਆ ਜੀ। ਮੇਰੇ ਮਾਮਾ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹੁਣੇ ਆਇਆ ਜੀ। ਹੈ ਨਾ ਬਾਪੂ ਮੇਰੀ ਬੇਬੇ। ਸਤਿ ਸ਼੍ਰੀ ਅਕਾਲ ਜੀ, ਮੈਂ ਹੁਣੇ ਆਈ। ਉਹ ਸਰਦਾਰ ਜੀ ਦਾ ਪਜਾਮਾ ਲੈ ਆਈ ਓਏ। ਉਹ ਮੇਰੀ ਪੱਗ ਤੁਸੀਂ ਫਿੱਕੇ ਨਾ ਕਰੋ ਜੀ, ਬਸ ਆਉਂਦੇ ਆ ਇੱਕ ਮਿੰਟ ਜੀ। ਤੁਸੀਂ ਚਾਹ ਪਾਣੀ ਪੀਓ। ਅੱਛਾ ਅੱਛਾ, ਚਾਹ ਚਾਹ ਪੀਓ ਜੀ। ਦੇ ਪੁੱਤ। ਓ ਵਾਹ ਜੀ ਵਾਹ ਜੀ, ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫੇਰ ਤੋਂ ਹੈ ਜੀ, ਦੁਬਾਰਾ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਸ਼ਰਮਾ ਜੀ, ਕਿਆ ਬਾਤ ਹੈ? ਤੇ ਮੈਂ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਧੀਏ, ਜਿਉਂਦੀ ਰਹਿ। ਬੈਠੋ ਬੈਠੋ। ਵਾਹ ਜੀ ਵਾਹ, ਕਮਾਲਾ ਕਰਤੀਆਂ ਜੀ। ਹੋਰ ਜੀ ਕੀ ਹਾਲ ਚਾਲ ਹੈ ਜੀ? ਅਸੀਂ ਤਾਂ ਜੀ ਇਸ ਕਰਕੇ ਸਹਿਜ ਸਹਿਜ ਤਿਆਰ ਹੋ ਰਹੇ ਸੀ ਵੀ ਅਸੀਂ ਸਮਝਿਆ ਭਾਈ ਸ਼ਹਿਰੀ ਲੋਕ ਨੇ ਇਹ ਦੇਰ ਨਾਲ ਹੀ ਆਉਂਦੇ ਹੁੰਦੇ ਆ ਜੀ। ਗੁਸਤਾਖੀ ਮਾਫ ਜੀ, ਅਸੀਂ ਸੋਚਿਆ ਪਿੰਡਾਂ ਵਾਲੇ ਲੇਟ ਨਹੀਂ ਹੁੰਦੇ ਇਸ ਕਰਕੇ ਛੇਤੀ ਆ। ਵੀਰ ਜੀ, ਪਿੰਡ ਵਾਲਿਆਂ ਨੂੰ ਸ਼ਹਿਰੀਆਂ ਨੇ ਐਵੇਂ ਬਦਨਾਮ ਕੀਤਾ ਹੋਇਆ, ਅਸੀਂ ਵੀ ਲੇਟ ਰੋਟੀ ਖਾਂਦੇ ਆ, ਰੋਜ਼ 7 ਦਾ ਵੱਜ ਹੀ ਜਾਂਦੇ ਨੇ ਭਾਜੀ, 6:30 ਦਾ ਵੱਜਦੇ ਹੀ ਵੱਜਦੇ ਨੇ, ਬਸ 8 ਵਜੇ ਘਰਾੜੇ ਮਾਰੀ ਹੈ ਜੀ, ਗਰ ਗੱਲ ਹੀ ਕੋਈ ਨਹੀਂ ਪੁੱਤ ਹੈ ਜੀ, ਆ ਜਾ ਮੇਰੇ ਕੋਲ ਆ ਕੇ ਬਹਿ ਜਾ। ਵਾਹ ਜੀ ਵਾਹ ਜੀ, ਜੀ ਮੈਂ ਸੱਜ ਕੇ ਜਾਵਾਂ। ਕੁੜੀ ਤਾਂ ਨਿਰੀ ਪਰੀ ਹੈ, ਰੱਬ ਤੈਨੂੰ ਮਾੜੀਆਂ ਨਜ਼ਰਾਂ ਤੋਂ ਬਚਾਵੇ। ਸਾਡਾ ਮੁੰਡਾ ਕਿਹੜਾ ਕਿਸੇ ਪਰੀ ਤੋਂ ਘੱਟ ਹੈ ਜੀ। ਲੱਗਦਾ ਵੀ ਪਰੀ ਵਰਗਾ ਹੀ ਹੈ ਜੀ। ਕਮਲ ਕੁੱਟੀ ਜਾਂਦੇ। ਹੋਰ ਸ਼ਰਮਾ ਜੀ ਸੁਣਾਓ ਬਈ, ਫਿਰ ਆਪਣਾ ਕੀ ਕਾਰੋਬਾਰ ਹੈ ਜੀ? ਮੇਰੀ ਇੱਕ ਆਰਕੀਟੈਕਟ ਫਰਮ ਹੈ। ਉਹ ਨਾ ਨਕਸ਼ਾ ਨਵੀਂ ਸਰ ਹੈ ਜੀ, ਉਹ ਜਿਹੜੇ ਇਮਾਰਤਾਂ ਜਿਹੜੀ ਬਣਾਉਂਦੇ ਹੁੰਦੇ। ਅੱਛਾ ਅੱਛਾ, ਤੁਸੀਂ ਨਕਸ਼ੇ ਵਾਲੇ ਹੋ? ਵਾਹ ਬੱਲੇ ਬੱਲੇ ਬੱਲੇ, ਮੈਂ ਕਹਿੰਦਾ ਕਮਾਲ ਕਰਦੀ ਹੈ ਜੀ। ਆ ਜਿਹੜਾ ਜਿਹੜਾ ਨਕਸ਼ਾ ਨਹੀਂ ਦੇਖੋ, ਇਹ ਮੇਰੇ ਬਾਪੂ ਜੀ ਨੇ ਬਣਾਇਆ ਹੈ ਜੀ, ਤੇ ਉਹ ਉਹ ਜਿਹੜਾ ਬਣਦਾ ਨਾ ਉਹ ਘਰ, ਉਹ ਦੇਖੋ ਉਹਦਾ ਨਕਸ਼ਾ ਮੈਂ ਬਣਾਇਆ ਜੀ। ਹਾਂ ਜੀ, ਕੀ ਬਾਤ ਹੈ, ਦੇਖੋ ਆ ਨਿਸ਼ਾ ਜੀ। ਜੀਜਾ ਜੀ ਨੇ ਬੜੀ ਮਿਹਨਤ ਨਾਲ ਇਹ ਨਕਸ਼ਾ ਬਣਾਇਆ ਸੀ, ਬਹੁਤ ਮਿਹਨਤ ਕਰਨੀ ਪਈ ਸੀ ਇਹਨਾਂ ਨੂੰ। ਉਹ ਖੈਰ ਛੱਡੋ ਪਰੇ ਤੁਸੀਂ। ਸ਼ਰਮਾ ਜੀ ਮੈਨੂੰ ਦੱਸੋ ਵੀ ਤੁਸੀਂ ਫਿਰ ਕੀ ਫਿਰ ਪੀਣਾ ਛੀਣਾ? ਰੂੜੀ ਮਾਰਕਾ ਕਿ ਕਾਲਾ ਕੁੱਤਾ ਲਿਆਣਾ? ਹਾਂ ਦੱਸੋ ਜੀ। ਮੈਂ ਟੀ ਟੋਟਲ ਰਹਾ ਹਾਂ ਜੀ। ਇਹ ਕਿਹੜਾ ਬ੍ਰਾਂਡ ਹੈ ਜੀ? ਜੀ ਮੈਂ ਪੀਂਦਾ ਨਹੀਂ। ਫਿਰ ਤਾਂ ਇਹ ਜੇ ਬੰਦੇ ਧਰਤੀ ਤੇ ਬੋਝ ਹੀ ਹੋਏ ਨਾ। ਆਓ ਫਿਰ, ਆਓ ਫਿਰ, ਜਿਹੜਾ ਤੁਹਾਨੂੰ ਆਪਦੀ ਰਿਆਸਤ ਦਿਖਾਈਏ। ਆਓ ਜੀ ਸਰ, ਆ ਦੇਖੋ, ਆ ਜਾ ਪੁੱਤ ਆ ਜਾ, ਇਹ ਵੀ ਸਾਡੇ ਬੱਚੇ ਆ। ਮੈਂ ਤੇ ਸਰ ਨੇ ਇਹਨਾਂ ਨੂੰ ਬਹੁਤ ਪਿਆਰ ਨਾਲ ਪਾਇਆ ਜੀ, ਆਪਣੀ ਹਿੱਕ ਨਾਲ ਲਾ ਕੇ ਰੱਖਿਆ ਜੀ ਹੈ ਜੀ। ਇਹ ਜੀ ਤੂੜੀ ਘਰ, ਜਿਵੇਂ ਆਪਾਂ ਰੋਟੀ ਖਾਂਦੇ ਹਾਂ
ਇਹਨਾਂ ਨੂੰ ਫਿਰ ਖੜ ਖੜ ਮਿਲਾ ਕੇ ਫਿਰ ਰੋਟੀ ਖਵਾਈ ਦੀ ਹੈ ਜੀ, ਬੜੇ ਪਿਆਰ ਕੇ ਗੁੜ ਵੀ ਪਾ ਲਈਦਾ ਕਦੇ ਕਦੇ ਹੈ ਜੀ। ਆਹ ਫਿਰ ਅੱਗੇ ਤੁਹਾਨੂੰ ਦਿਖਾਈਏ ਹਿਸਾਬ ਕਿਤਾਬ। ਕੋਈ ਗੱਲ ਨਹੀਂ ਸ਼ਰਮਾ ਜੀ, ਇਹ ਗੋਹਾ ਬਹੁਤ ਪਵਿੱਤਰ ਹੁੰਦਾ, ਅਸੀਂ ਤਾਂ ਕਦੇ ਕਦੇ ਇਹਦੀ ਧੂਫ ਵੀ ਬਾਲ ਲਈ। ਐਸੀ ਗੱਲ ਨਹੀਂ। ਉਹ ਗੋਗੀ ਉਹ ਪਾਣੀ ਲੈ ਆਵੀ, ਸ਼ਰਮਾ ਜੀ ਜੁੱਤਾ ਸਾਫ਼ ਕਰੀਏ ਭਾਈ। ਸੰਧੂ ਸਾਹਿਬ ਇਹ ਇਟਾਲੀਅਨ ਲੈਦਰ ਹੈ, ਪਾਣੀ ਨਾਲ ਖਰਾਬ ਹੋ ਜਾਏਗਾ। ਨਹੀਂ ਜੀ, ਲਿੱਦ ਤਾਂ ਫਿਰ ਜਾਨਵਰ ਕਰ ਹੀ ਦਿੰਦੇ ਆ ਜੀ, ਤੁਹਾਨੂੰ ਪਤਾ ਇਸ ਗੱਲ ਨੂੰ ਜੀ। ਇਹ ਲਿੱਦ ਨਹੀਂ ਕਹਿ ਰਹੇ ਨੇ, ਲੈਦਰ ਕਹਿ ਰਹੇ ਨੇ, ਚਮੜਾ, ਚਮੜੇ ਦਾ ਜੁੱਤਾ। ਅੱਛਾ 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 ਅੱਛਾ। ਉਹ ਕੋਈ ਗੱਲ ਨਹੀਂ, ਉਹ ਸਾਡੀ ਜੁੱਤੀ ਵੀ ਕਦੇ ਗੰਦੀ ਹੋ ਜਾਂਦੀ ਹੈ, ਇਹ ਤਾਂ ਮੋਟਰ 'ਚ ਪਾ ਕੇ ਧੋ ਲਈ ਦੀ, ਗੱਲ ਹੀ ਕੋਈ ਨਹੀਂ। ਆਹੋ ਹਾਂਜੀ, ਉਹ ਗੋਗੀ ਉਹ ਗੰਦਾ ਜਿਹਾ ਕੱਪੜਾ ਲਿਆ, ਤੂੰ ਸ਼ਰਮਾ ਜੀ ਜੁੱਤੀ ਸਾਫ਼ ਕਰੀਏ ਭਾਈ। ਜਿੰਨਾ ਚਿਰ ਗੋਹੇ 'ਚ ਹੱਥ ਨਾ ਪਾਈਏ ਸਾਡਾ ਦਿਨ ਨਹੀਂ ਚੜ੍ਹਦਾ, ਤੁਹਾਡਾ ਤਾਂ ਪੈਰ ਹੀ ਪਿਆ। ਆਓ ਜੀ ਸ਼ਰਮਾ ਜੀ, ਤੁਹਾਨੂੰ ਅੱਗੇ ਦਿਖਾਈਏ। ਬਿੱਟੂ ਪੁੱਤ ਆ ਜਾਓ। ਹਾਂ ਬੇਬੇ, ਤੂੰ ਇਹਨਾਂ ਨੂੰ ਚਬਾਰੇ ਲੈ ਜਾ, ਮੈਂ ਇਹਨਾਂ ਰਸੋਈ 'ਚ ਜਾਇਆ। ਮੈਂ ਵੀ ਤੁਹਾਡੇ ਨਾਲ ਚੱਲਦੀ ਹਾਂ। ਲੈ ਤੂੰ ਹੀ ਜਾਇਆ, ਮੈਂ ਰਹਿਣ ਦਿੰਦੀ ਹਾਂ। ਮੈਂ ਤਾਂ ਸ਼ੁਗਲ ਕੀਤਾ ਸੀ ਭੈਣ ਜੀ। ਲੈ ਫਿਰ ਦੇਖ ਲੈ ਸੋਮੀ, ਆਹ ਹੈ ਸਾਡਾ ਘਰ, ਵਿਆਹ ਤੋਂ ਬਾਅਦ ਤੁਸੀਂ ਇੱਥੇ ਆ ਕੇ ਰਹਿਣਾ ਜੀ। ਨਾਲੇ ਮੈਡਮ ਜੀ ਗੋਰੇ ਗੋਰੇ ਹੱਥਾਂ ਨਾਲ ਗੋਹਾ ਕੂੜਾ ਵੀ ਕਰਨਾ ਪਊਗਾ। ਅੱਛਾ ਜੀ। ਹਾਂਜੀ, ਸਾਡੇ ਘਰ ਦੇ ਡੰਗਰ ਵੀ ਸਾਂਭਣੇ ਪੈਣਗੇ। ਹੋਰ ਜੀ, ਮਿੱਟੀ ਨਾਲ ਮਿੱਟੀ ਵੀ ਹੋਣਾ ਪਊਗਾ, ਸੋਚ ਲਓ। ਉਹ ਤਾਂ ਫਿਰ ਆਉਣ ਵਾਲਾ ਟਾਈਮ ਹੀ ਦੱਸੂਗਾ। ਜੱਟ ਦਾ ਗੁੱਸਾ ਵੀ ਸਹਿਣਾ ਪਊ। ਡੈਡੂ ਦਾ ਪਹਿਲੇ ਜੁੱਤਾ ਦਾ ਸਾਫ਼ ਕਰ ਲਓ। ਹਾਂ ਬੇਬੇ। ਡਰਪੋਕ ਜੱਟ। ਹਾਂ ਬਈ ਮੇਰੇ ਸਾਲਿਆ, ਜ਼ਰਾ ਪੇਸ਼ ਕੀਆ ਜਾਏ ਖਾਣਾ। ਹਾਂਜੀ, ਪੇਸ਼ ਹੈ ਤੰਦੂਰੀ ਚਿਕਨ। ਇਹ ਚਿਕਨ ਜੀ ਆਪਣੇ ਘਰ ਦਾ ਦੇਸੀ। ਆਹਾ, ਕੀ ਬਾਤ ਹੈ। ਹਾਂਜੀ, ਆ ਗਏ। ਇਹ ਹੈ ਮੱਛੀ, ਇਹ ਸਤਲੁਜ ਤੋਂ ਫੜ ਕੇ ਲਿਆਂਦੀ ਹੈ ਜੀਜਾ ਜੀ, ਸਪੈਸ਼ਲ ਹੈ। ਕੀ ਬਾਤ ਹੈ, ਖੁਸ਼ਬੂ। ਇਹ ਹੈ ਕਾਲੇ ਕਾਲੇ ਬੱਕਰੇ ਦੇ ਖਰੋੜੇ। ਲੋ ਜੀ, ਇਹ ਆ ਗਿਆ ਮੱਖਣ ਚਿਕਨ। ਮੱਖਣ ਆਪਣੇ ਘਰ ਦਾ ਹੈ ਜੀ, ਦੇਸੀ। ਆ ਲੋ ਜੀ, ਇਹ ਹਾਰੇ ਦੀ ਦਾਲ ਹੈ, ਇਸ ਤੋਂ ਬਿਨਾਂ ਸਾਡੀ ਰੋਟੀ ਨਹੀਂ ਪੂਰੀ ਹੁੰਦੀ। ਅਬ ਸ਼ਰਮਾ ਜੀ, ਇਸ ਕੋ ਸ਼ਕੋ। ਸੰਧੂ ਸਾਹਿਬ, ਦਰਅਸਲ ਅਸੀਂ ਵੈਸ਼ਨੂ ਆ। ਕੋਈ ਗੱਲ ਨਹੀਂ, ਧੋ ਕੇ ਖਾ ਲੈਂਦੇ। ਮਜੋ ਕਰ ਓਏ ਉੱਲੂ ਦੇ ਪੱਠੇ, ਤੂੰ ਦੱਸਿਆ ਨਹੀਂ ਵੀ ਇਹ ਸਾਰੇ ਵੈਸ਼ਨੂ ਨੇ? ਹੈ ਬਾਪੂ ਜੀ, ਮੈਂ ਨਾ ਚਾਚਾ ਚ ਭੁੱਲ ਗਿਆ ਦੱਸਣਾ ਤੁਹਾਨੂੰ। ਤੁਸੀਂ ਨਾ ਜੀ 15-20 ਮਿੰਟ ਬੈਠੋ, ਮੈਂ 2 ਮਿੰਟ ਜਾਈ। ਨਾ ਖਾਂਦਾ ਹੈ ਨਾ ਪੀਂਦਾ ਹੈ, ਸਾਡੀ ਵਿਸ਼ਾਮ ਖਰਾਬ ਕਰਤੀ ਹੈ ਨਾ। ਲਾਣੇ ਤੇ ਇਹ ਜੇ ਨਕਸ਼ਾ ਨਵੀਸ ਤੇ ਜੀ। ਆ ਮੂੰਗੀ ਮਸਰੀ ਸੁੱਕੀ ਦਾਲ ਹੈ ਜੀ ਜੀ। ਆ ਸਾਬਤ ਮਸਰ ਹੈ ਜੀ। ਆ ਖੀਰੇ ਹੈ ਜੀ। ਹਾਂਜੀ, ਆ ਟਮਾਟਰ ਹੈ, ਆ ਮੂਲੀ ਹੈ। ਕਮਾਲ ਕਰਦੀ ਬਈ ਹੈ ਜੀ। ਸ਼ਰਮਾ ਜੀ, ਆ ਬਾ ਮਿੰਟੋ ਮਿੰਟੀ ਭੋਜਨ ਕੋ ਛਕ ਲਓ ਬਸ। ਲਓ ਜੀ ਲਓ, ਛਕੋ ਜੀ, ਉਹ ਪਾਓ ਭਾਈ ਪਾਓ, ਛੇਤੀ ਕਰੋ, ਉਹ ਲੱਤ ਦੇ ਬਸ ਫਟਾਫਟ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ, ਕਹਿੰਦੇ ਖਾਓ ਦਾਲ ਜਿਹੜੀ ਨਿਵੇ ਨਾਲ। ਅੱਛਾ, ਇੱਕ ਬੇਨਤੀ ਕਰਨੀ ਹੈ ਜੀ। ਆ ਚੁੰਨੀ ਦੇ ਨੇੜੇ ਅਸੀਂ ਜ਼ਮੀਨ ਲਈ ਸੀ, ਉੱਥੇ ਅਸੀਂ ਕਲੋਨੀ ਕੱਟੀ ਹੈ ਤੇ ਪਰਸੋਂ ਦਾ ਉਦਘਾਟਨ ਹੈ। ਬਸ ਮੇਰੀ ਹੱਥ ਜੋੜ ਕੇ ਇੱਕੋ ਬੇਨਤੀ ਹੈ ਬਈ, ਤੁਸੀਂ ਜ਼ਰੂਰ ਪਰਿਵਾਰ ਸਮੇਤ ਉੱਥੇ ਆਉਣਾ, ਬਸ ਇੰਨੀ ਕੁ ਗੱਲ ਮੇਰੀ ਮੰਨ ਲਓ। ਦਰਅਸਲ ਸੰਧੂ ਸਾਹਿਬ, ਅਸੀਂ ਆਵਾਂਗੇ, ਜ਼ਰੂਰ ਆਵਾਂਗੇ। ਬਹੁਤ ਬਹੁਤ ਧੰਨਵਾਦ, ਮੈਨੂੰ ਲੱਗਦਾ ਇਹਨਾਂ ਦਾ ਹੈਂਡਲ ਤੁਹਾਡੇ ਹੱਥ 'ਚ ਹੀ ਰਹਿੰਦਾ ਹੈ ਜੀ। ਕਿਆ ਬਾਤ ਹੈ, ਬਹੁਤ ਚੰਗੀ ਗੱਲ ਹੈ, ਰਹਿਣਾ ਵੀ ਚਾਹੀਦਾ, ਜਿੱਦਣ ਮਰਜ਼ੀ ਘੁਮਾ ਲਓ। ਯੁਵਰਾਜ ਸਿੰਘ ਦੀ ਐਕਟਿੰਗ ਬੜੀ ਕਮਾਲ ਹੈ। ਸੂਟ 2100 ਰੁਪਇਆ, ਤੇਰਾ ਸ਼ਗਨ, ਪਹਿਲੀ ਵਾਰੀ ਘਰੇ ਆਈ ਹੈ, ਖਾਲੀ ਹੱਥ ਥੋੜੇ ਤੋਰੂੰਗੀ। ਜਲਦੀ ਰਹਿ, ਖੁਸ਼ ਰਹਿ।
ਅੱਛਾ ਸੰਧੂ ਸਾਹਿਬ ਹੁਣ ਆ ਗਿਆ ਦਿਓ, ਅਸੀਂ ਚੱਲਦੇ ਹਾਂ। ਸਲਾਮੀ ਦੀ ਪੂਰੀ ਤਿਆਰੀ ਹੈ, ਖੜ ਜਾ ਜਰਾ, ਗੱਲ ਹੀ ਕੋਈ ਨੀ। ਉਹਨਾਂ ਦੀ ਫੈਮਿਲੀ ਅਤੇ ਸਾਡੀ ਫੈਮਿਲੀ ਦਾ ਕੋਈ ਮੇਲ ਹੈ? ਰਹਿਣ ਸਹਿਣ, ਖਾਣ ਪੀਣ, ਬੋਲ ਚਾਲ, ਉਹ ਕੋਈ ਤਾਂ ਮੇਲ ਹੋਵੇ। ਪੁੱਤਰ ਜੀ, 1921 ਦਾ ਫਾਸਲਾ ਤਾਂ ਤੈਅ ਕੀਤਾ ਜਾ ਸਕਦਾ, ਪਰ 1991 ਦਾ ਨਹੀਂ। ਦੇ ਆਰ ਨੋਟ ਨੋਰਮਲ ਪੀਪਲ, ਦੇ ਆਰ ਆਲ ਕ੍ਰੇਜ਼ੀ ਪੀਪਲ। ਪੁੱਤਰ ਜੀ, ਕਦੇ ਕਾਵਾਂ ਵਿੱਚ ਹੰਸ ਐਡਜਸਟ ਹੋ ਸਕਦਾ? ਨਹੀਂ ਨਾ, ਤੂੰ ਆਪਣੇ ਆਪ ਨੂੰ ਉਸ ਪਾਗਲ ਫੈਮਿਲੀ ਵਿੱਚ ਕਿਵੇਂ ਐਡਜਸਟ ਕਰੇਂ? ਹੈਲੋ। ਹਾਂ ਵੀ ਟੱਲੀ ਬਾਈ। ਓ ਯਾਰ ਭੁੱਲਰਾ, ਤੈਨੂੰ ਫੋਨ ਤੇ ਵੀ ਮੁਸ਼ਕ ਆ ਜਾਂਦੀ ਹੈ ਕਿ ਮੈਂ ਠਿੱਕਿਆ? ਪੁਲਿਸ ਵਾਲਿਆਂ ਦੀਆਂ ਨਾਸਾਂ ਕੀੜੀ ਵਰਗੀਆਂ ਹੁੰਦੀਆਂ, ਸੌ ਕਹੋ ਤੂੰ ਨਸ਼ਾ ਸੁੰਘ ਲੈਂਦੀਆਂ। ਮੇਰੀ ਗੱਲ ਜ਼ਰਾ ਧਿਆਨ ਨਾਲ ਸੁਣ। ਹੁਕਮ। ਉਹ ਜਿਹੜੇ ਉੱਚੇ ਪਿੰਡ ਵਾਲੇ ਸਰਦਾਰ ਹੈ ਨਾ, ਉਹਨਾਂ ਨੂੰ ਰਿਸ਼ਤੇ ਬਾਰੇ ਨਾ ਕਰ। ਲੱਭੇ ਫੇਰ ਹੋ ਗਿਆ ਯਾਰ, ਤੂੰ ਧਾਲੀਵਾਲ ਨੂੰ ਸਮਝਾ ਦੇ ਆਪਣੇ ਵੱਲੋਂ। ਭਲਾ ਮਸਾ ਮਸਾ ਰਿਸ਼ਤਾ ਸਿਰੇ ਚੜ੍ਹਨ ਲੱਗਿਆ ਸੀ, ਕਾਣ ਕਿਹਦੇ ਚੜ੍ਹਨ ਲੱਗਿਆ। ਹੁਣ ਪਹਿਣਗੇ ਪੜਾਕੇ। ਓਏ ਭੁੱਲਰਾ, ਤੂੰ ਤੇ ਪਾਣੀ ਦੀ ਘੁੱਟ ਨੂੰ ਤਰਸਦਾ ਸੀ, ਹੁਣ ਤੇ ਸੁੱਖ ਨਾਲ ਸਮੁੰਦਰ ਖੁਦ ਛੱਲਾਂ ਮਾਰਦਾ। ਬਸ ਇਹ ਸਮਝ ਲਾ, ਤੇਰੀਆਂ ਪੰਜੇ ਘਿਓ 'ਚ ਤੇ ਸਿਰ ਕੜਾਹੀ 'ਚ ਹੈ, ਫਿਰ ਵੇਖਦਾ ਕੀ ਆ, ਖਿੱਚ ਲੈ ਤਿਆਰੀ ਲਾਟ ਨੂੰ ਭਾਂਬੜ ਬਣਾਉਣ। ਮਾਂ ਬਾਪ ਤਾਂ ਅੱਜ ਕੱਲ੍ਹ ਬੱਚਿਆਂ ਮੂਹਰੇ ਐਂ ਮਜਬੂਰ ਹੋਏ ਆ ਜਿਵੇਂ ਨਵਾਜ਼ ਸ਼ਰੀਫ ਫੌਜ ਮੂਹਰੇ। ਬੜੀ ਕੋਸ਼ਿਸ਼ ਕੀਤੀ ਮੈਂ ਸੰਧੂ ਨੂੰ ਸਮਝਾਉਣ, ਬੜੀ ਕੋਸ਼ਿਸ਼ ਕੀਤੀ, ਪਰ ਪੱਥਰ 'ਤੇ ਬੂੰਦ ਪਈ ਨਾ ਪਈ। ਆਖੇ ਜੀ, ਮੁੱਕਦੀ ਗੱਲ ਇਹ ਸਮਝ ਲਓ ਕਿ ਧਾਲੀਵਾਲਾਂ ਦੀ ਪੰਮੀ ਦਾ ਹੁਣ ਸੰਧੂਆਂ ਦੇ ਰਾਸ਼ਨ ਕਾਰਡ 'ਚ ਨਾਂ ਨਹੀਂ ਦਰਜ ਹੋ ਸਕਦਾ। ਲੈ ਦੱਸੋ। ਅੱਧੀ ਦੁਨੀਆ ਨੂੰ ਸੱਦਾ ਦੇ ਚੁੱਕਿਆ ਮੈਂ ਇਸ ਰੋਕੇ ਦਾ, ਭਲਾ ਉਹਨਾਂ ਦੇ ਮੂੰਹ ਕੌਣ ਬੰਦ ਕਰੂ? ਇਹ ਰਾਸ਼ਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ, ਜਿੰਨੇ ਵੀ ਕਾਰਡ ਸ਼ਾਰਡ ਨੇ, ਇਹ ਸਾਰੇ ਹੁਣ ਪੰਮੀ ਸੰਧੂ ਦੇ ਨਾਂ 'ਤੇ ਬਣ ਗਏ। ਇਹੀ ਗੱਲ ਮੈਂ ਸੰਧੂ ਨੂੰ ਸਮਝਾਈ ਕਿ ਧਾਲੀਵਾਲ ਸੁਭਾਅ ਦੇ ਅੜੀਅਲ ਹੁੰਦੇ ਆ, ਉਹ ਸਿਰ ਜੋੜ ਨੇ ਤੇ ਸਿਰ ਤੋੜ ਨੇ ਚੰਗੀ ਤਰ੍ਹਾਂ ਜਾਣਦੇ ਆ। ਅੰਦਰਲੀ ਗੱਲ ਇਹ ਹੈ ਕਿ ਮੁੰਡੇ ਦਾ ਕਿਸੇ ਕੁੜੀ ਨਾਲ ਕਾਂਟੂ ਮਾਂਟੂ ਚੱਲਦਾ, ਆਹੀ ਜਿਹਨੂੰ ਅੰਗਰੇਜ਼ੀ 'ਚ ਲਵ ਅਫੇਅਰ ਕਹਿੰਦੇ ਆ, ਤੇ ਹੁਣ ਬਿੱਟੂ ਵਿਆਹ ਵੀ ਉਸੇ ਕੁੜੀ ਨਾਲ ਕਰੋ। ਨਾ ਭੁੱਲਰਾ, ਨਾ ਲਵ ਅਫੇਅਰ ਜਿੰਨੇ ਮਰਜ਼ੀ ਕਰ ਲਵੇ, ਪਰ ਸੰਧੂਆਂ ਦੇ ਪਿੱਟੂ ਦਾ ਵਿਆਹ ਧਾਲੀਵਾਲਾਂ ਦੀ ਪੰਮੀ ਨਾਲ ਹੀ। ਵੈਸੇ ਸਹੀ ਹੈ, ਸੋਹਰਾ ਸਾਹਿਬ ਜਿਹੜੇ ਨੇ, ਲੋਕੀ ਕਹਿੰਦੇ ਨੇ ਕਿ ਮੁੰਡੇ ਦਾ ਇੰਝ ਰੋੜਾ ਚੱਕਰ ਹੈ, ਤੇ ਕਹਿੰਦੇ ਨੇ ਚਲੋ ਜਾਨ ਛੜਾਓ ਇਹਦੇ ਕੋਲੋਂ, ਕਹਿੰਦਾ ਲਵ ਫਿਰ ਜਿੰਨੇ ਮਰਜ਼ੀ ਕਰ, ਕੋਈ ਚੱਕਰ ਨਹੀਂ, ਉਹ ਹੋਰ ਇੱਥੇ ਹੋਣਾ। ਉਹ ਹੋਰ ਜ਼ਿਹਨ ਦੇ ਬੰਦੇ ਨੇ ਨਾ, ਦੋਵੇਂ ਲੜਾਈ ਵਾਲੇ। ਹਾਂ ਨਹੀਂ, ਮੁੰਡੇ ਦੇ ਬਿਆਹ ਬਾਪ ਨੇ ਤੇ ਬੜਾ ਅੱਛਾ ਰੋਲ ਅਦਾ ਕੀਤਾ, ਬਿਲਕੁਲ
ਉਹ ਮੁੰਡੇ ਨੇ ਦੱਸਣਾ ਚਾਹੀਦਾ ਸੀ ਨਾ ਕਿ ਇਸ ਤਰ੍ਹਾਂ ਤੁਸੀਂ ਕਰੋ ਸਾਰਾ, ਲੇਕਿਨ ਚਲੋ ਬਰਹਾਲ ਵੇਖਦੇ ਹਾਂ ਅੱਗੇ ਕੀ ਹੁੰਦਾ। ਮੈਨੂੰ ਨਹੀਂ ਲੱਗਦਾ ਮੰਨੇ ਛੇਤੀ ਲੜਾਈ ਪਏਗੀ, ਇੰਨੇ ਵਿੱਚ ਰੌਲਾ ਪਾ ਦੇਣਾ ਆ ਕੇ ਕੋਈ ਨਾ ਕੋਈ। ਉਹ ਅੱਗੇ ਉਹਨਾਂ ਨੇ ਇਹਨਾਂ ਦੇ ਅੱਗੇ ਰੌਲਾ ਚੱਲਣਾ, ਅੱਗੇ ਰਿਫਿਊਜ਼ ਨੇ ਕਰੀਏ ਕੀ ਕਰੀਏ ਹੈ ਨਾ। ਚਲੋ ਬਾਕੀ ਅਗਲਾ ਪਾਰਟ ਵੇਖਦੇ ਹਾਂ।